ਦੋਸਤੋ, ਪੰਜਾਬੀ ਸਿਨੇਮਾ ਫਾਰ ਯੂ ਤੇ ਮੈਂ ਇਕਬਾਲ ਸਿੰਘ ਚਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਮੈਂ ਲੈ ਕੇ ਆਇਆ ਹਾਂ ਆਪਣਾ ਪ੍ਰੋਗਰਾਮ ਗੱਲਾਂ ਸਿਨੇਮੇ ਦੀਆਂ। ਦੋਸਤੋ, ਅੱਜ ਆਪਾਂ ਨਵੇਂ ਸਾਲ ਵਿੱਚ ਰਿਲੀਜ਼ ਹੋਈਆਂ ਪੰਜਾਬੀ ਤੇ ਹਿੰਦੀ ਫਿਲਮਾਂ ਦਾ ਜ਼ਿਕਰ ਵੀ ਕਰਾਂਗੇ ਤੇ ਨਾਲ ਹੀ ਪਿਛਲੇ ਸਾਲ ਦੀਆਂ ਵਧੀਆ ਫਿਲਮਾਂ ਦਾ ਵਿਸ਼ਲੇਸ਼ਣ ਵੀ ਆਪਾਂ ਕਰਨਾ ਹੈ। ਵਧੀਆ ਫਿਲਮਾਂ ਦਾ ਭਾਵ ਇਹ ਨਹੀਂ ਵੀ ਜਿਹੜੀਆਂ ਬਹੁਤ ਚੱਲੀਆਂ, ਵਧੀਆ ਫਿਲਮਾਂ ਦਾ ਭਾਵ ਇਹ ਹੈ ਕਿ ਭਾਵੇਂ ਉਹ ਚੱਲੀਆਂ, ਬਹੁਤ ਚੱਲੀਆਂ ਜਾਂ ਨਹੀਂ ਚੱਲੀਆਂ, ਉਹ ਕਿਹੜੀਆਂ ਫਿਲਮਾਂ ਸਨ। ਇਸ ਵਿਸ਼ਲੇਸ਼ਣ ਵਿੱਚ ਮੈਂ ਸਮੀਖਿਆਕਾਰਾਂ ਦੀ ਸਹਿਮਤੀ ਵੀ ਲਈ ਆ। ਇਹਨਾਂ ਵਿੱਚ ਫਿਲਮਾਂ ਦੀ ਮੇਕਿੰਗ, ਫਿਲਮਾਂ ਦਾ ਸਕ੍ਰਿਪਟ ਤੇ ਫਿਲਮਾਂ ਦੇ ਵੱਖਰੇਪਨ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਿਆ ਗਿਆ ਹੈ। ਸਿਰਫ ਇਹ ਨਹੀਂ ਵੇਖਿਆ ਗਿਆ ਕਿ ਫਿਲਮਾਂ ਨੇ ਕਮਾਈ ਕਿੰਨੀ ਕੀਤੀ ਹੈ। ਦੋਸਤੋ, ਸਿਨੇਮੇ ਵੱਲ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗਾ ਕਿ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਚੈਨਲ ਪੰਜਾਬੀ ਵਿੱਚ ਇੱਕੋ ਇੱਕ ਅਜਿਹਾ ਚੈਨਲ ਹੈ ਜਿਹੜਾ ਸੱਚ ਬੋਲਦਾ ਹੈ, ਸੱਚੀਆਂ ਗੱਲਾਂ ਕਰਦਾ ਹੈ, ਹਰ ਫਿਲਮ ਦੀ ਝੂਠੀ ਤਾਰੀਫ ਨਹੀਂ ਕਰਦਾ। ਤੁਸੀਂ ਬਾਕੀ ਚੈਨਲਾਂ 'ਤੇ ਵੇਖਦੇ ਹੋਵੋਗੇ ਕਿ ਹਰ ਪ੍ਰੀਮੀਅਰ ਸ਼ੋਅ ਖਤਮ ਹੋਣ 'ਤੇ ਇਹ ਮਾਈਕ ਫੜ ਕੇ ਖੜ੍ਹੇ ਹੋ ਜਾਂਦੇ ਆ ਅਤੇ ਹਰ ਆਏ ਮਹਿਮਾਨ ਨੂੰ ਹੀ ਪੁੱਛੀ ਜਾਂਦੇ ਆ ਫਿਲਮ ਕਿਹੋ ਜਿਹੀ ਲੱਗੀ। ਉਹ ਭਾਈ, ਇਹ ਸਾਰੇ ਬੰਦੇ ਜਿੰਨੇ ਦੇਖਣ ਆਏ ਹੁੰਦੇ ਫਿਲਮ, ਇਹਨਾਂ ਦੀ ਟਿਕਟ ਦੇ ਪੈਸੇ ਵੀ ਪ੍ਰੋਡਿਊਸਰਾਂ ਨੇ ਦਿੱਤੇ ਹੁੰਦੇ ਆ ਅਤੇ ਇਹਨਾਂ ਨੂੰ ਬਰਗਰ ਸਮੋਸਿਆਂ ਦੇ ਨਾਲ ਕੈਂਪਾ ਕੋਲਾ ਵੀ ਪਿਲਾਇਆ ਹੋਇਆ ਹੁੰਦਾ ਆ, ਉਹਨਾਂ ਨੇ ਤਾਂ ਭਾਈ ਫਿਲਮ ਦੀ ਤਾਰੀਫ ਕਰਨੀ ਆ। ਕਦੇ ਕਿਸੇ ਚੈਨਲ ਨੇ ਅੱਜ ਤੱਕ ਤੁਹਾਨੂੰ ਦਿਖਾਇਆ ਵੀ ਹਾਲ ਖਾਲੀ ਆ, ਬੰਦਾ ਇੱਕ ਬੈਠਾ ਆ ਜਾਂ ਕਿੰਨੇ ਸ਼ੋ ਜਿਹੜੇ ਆ ਨੋ ਸ਼ੋ ਹੋ ਗਏ ਆ? ਔਰ ਤੁਸੀਂ ਦੇਖਦੇ ਹੀ ਹੋ ਕਿ ਹਰ ਫਿਲਮ ਵੀਰਵਾਰ ਨੂੰ ਬਹੁਤ ਵਧੀਆ, ਬਹੁਤ ਵਧੀਆ, ਬੜੀ ਹਿੱਟ, ਬੜੀ ਹਿੱਟ ਸੋਸ਼ਲ ਮੀਡੀਆ ਉੱਤੇ ਰੌਲੀ ਪਈ ਹੁੰਦੀ ਆ ਅਤੇ ਦੂਜੇ ਦਿਨ ਸਾਰੇ ਸਿਨੇਮਿਆਂ ਦੇ ਹਾਲ ਜਿਹੜੇ ਆ ਉਹ ਲਗਭਗ ਖਾਲੀ ਹੁੰਦੇ ਆ। ਖੈਰ, ਤੁਸੀਂ ਆ ਸਬਸਕ੍ਰਾਈਬ 'ਤੇ ਟੱਚ ਕਰੋ ਅਤੇ ਘੰਟੀ 'ਤੇ ਉਂਗਲ ਲਾ ਦਿਓ, ਸਾਡੇ ਹਰ ਅਪਲੋਡ ਹੋਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾ ਕਰਨੀ ਆ ਅਤੇ ਤੁਹਾਨੂੰ ਸਾਡਾ ਚੈਨਲ ਲੱਭਣਾ ਨਹੀਂ ਪਿਆ ਕਰਨਾ ਅਤੇ ਸਾਡਾ ਅਤੇ ਤੁਹਾਡਾ ਰਿਸ਼ਤਾ ਜੁੜਿਆ ਰਹਿਣਾ ਹੈ। ਦੋਸਤੋ, ਨਵਾਂ ਸਾਲ ਚੜ੍ਹਦਿਆਂ ਹੀ ਉੱਤਰੀ ਭਾਰਤ ਵਿੱਚ ਖਾਸ ਕਰਕੇ ਠੰਡ ਨੇ ਕਹਿਰ ਵਰਤਾ ਦਿੱਤਾ। ਹਰ ਪਾਸੇ ਧੁੰਦ ਪਈ ਹੋਈ ਆ, ਕੋਹਰਾ ਪਿਆ ਹੋਇਆ ਆ ਅਤੇ ਹੁਣ ਤੱਕ ਜਿਹੜੀਆਂ 4 ਕੁ ਫਿਲਮਾਂ ਰਿਲੀਜ਼ ਹੋਈਆਂ ਉਹ ਵੀ ਧੁੰਦ ਅਤੇ ਕੋਹਰੇ ਦੀ ਪੇਂਟ ਚੜ੍ਹ ਗਈਆਂ ਆ। ਬੰਦਿਆਂ ਦਾ ਤਾਂ ਘਰੋਂ ਪੈਰ ਬਾਹਰ ਕੱਢਣ ਨੂੰ ਜੀ ਨਹੀਂ ਕਰਦਾ, ਤਾਂ ਸਿਨੇਮੇ ਤੱਕ ਕੌਣ ਜਾਓ? ਇਹਨਾਂ 4 ਫਿਲਮਾਂ ਵਿੱਚੋਂ ਜਿਹੜੀਆਂ 3 ਸਾਡੇ ਸਾਥੀ ਕੁਲਦੀਪ ਸਿੰਘ ਬੇਦੀ ਨੇ ਵੇਖੀਆਂ ਸਨ ਅਤੇ ਉਹਨਾਂ ਦੇ ਰਿਵਿਊ ਕੀਤੇ ਸਨ, ਉਹਨਾਂ ਵਿੱਚੋਂ 2 ਫਿਲਮਾਂ ਤਾਂ ਉਹਨਾਂ ਨੇ ਇਕੱਲਿਆਂ ਬੈਠ ਕੇ ਹੀ ਵੇਖੀਆਂ ਅਤੇ 1 ਤੀਜੀ ਫਿਲਮ ਵਿੱਚ ਕੁੱਲ 4 ਬੰਦੇ ਸਨ। ਦੋਸਤੋ, ਠੰਡ ਦੀ ਭੇਂਟ ਚੜ੍ਹਨ ਵਾਲੀਆਂ ਇਹਨਾਂ 4 ਫਿਲਮਾਂ ਦੇ ਨਾਮ ਹਨ ਮਨਸੂਬਾ, ਜੱਟਾ ਡੋਲੀਨਾ, ਰਜਾਏ ਇਸ਼ਕ ਅਤੇ ਮੁੰਡਾ ਰੌਕ ਸਟਾਰ। ਇਹਨਾਂ ਵਿੱਚ ਸਭ ਤੋਂ ਚਰਚਿਤ ਫਿਲਮ ਪੰਜਾਬੀ ਦੇ ਪ੍ਰਸਿੱਧ ਫਿਲਮੀ ਲੇਖਕ ਰਾਣਾ ਰਣਬੀਰ ਦੀ ਸੀ। ਫਿਲਮ ਦਾ ਟਾਈਟਲ ਮਨਸੂਬਾ ਸੀ ਅਤੇ ਇਸ ਫਿਲਮ ਨੂੰ ਡਾਇਰੈਕਟ ਵੀ ਉਹਨਾਂ ਨੇ ਕੀਤਾ ਸੀ। ਉਹ ਵੀ ਲਗਾਤਾਰ ਰਿਕਾਰਡ ਬਣਾਈ ਜਾਂਦੇ ਆ ਵੀ ਹੁਣ ਤੱਕ ਜਿੰਨੀਆਂ ਉਹਨਾਂ ਨੇ ਫਿਲਮਾਂ ਡਾਇਰੈਕਟ ਕੀਤੀਆਂ ਇੱਕੋ ਹੀ ਲਾਈਨ ਵਿੱਚ ਸਾਰੀਆਂ ਦੀਆਂ ਸਾਰੀਆਂ ਬੁਰੀ ਤਰ੍ਹਾਂ ਫਲੋਪ ਹੋ ਗਈਆਂ। ਖੈਰ, ਇੱਕ ਲੇਖਕ ਨੂੰ ਵਹਿਮ ਹੁੰਦਾ ਆ ਵੀ ਉਹ ਫਿਲਮੀ ਪਰਦੇ ਉੱਤੇ ਵੀ ਆਪਣੀ ਫਿਲਮ ਨੂੰ ਬਹੁਤ ਵਧੀਆ ਲਿਖੂਗਾ, ਦਰਸ਼ਕ ਵੇਖਣਗੇ, ਅਤੇ ਇਹ ਵਹਿਮ ਜਾਂਦੀ ਉਮਰ ਤੱਕ ਜਾਂਦਾ ਨੇ। ਇੱਕ ਹੋਰ ਫਿਲਮ ਆਈ ਸੀ ਜੱਟਾ ਡੋਲੀਨਾ, ਫਿਲਮ ਤਾਂ ਸਾਡੇ ਮਾਰਸ਼ਲ ਆਰਟ ਗੱਤਕੇ ਉੱਤੇ ਸੀ ਪਰ ਉਸ ਵਿੱਚ ਵੀ ਗੱਤਕੇ ਦੇ ਮੁਕਾਬਲੇ ਨੂੰ ਸਵੰਬਰ ਵਿੱਚ ਬਦਲ ਦਿੱਤਾ ਗਿਆ। ਰਜਾਏ ਇਸ਼ਕ ਸਾਦਤ ਹਸਨ ਮੰਟੋ ਦੀ ਕਹਾਣੀ ਉੱਤੇ ਸੀ, ਉਹ ਵੀ ਨਹੀਂ ਚੱਲੀ। ਅਤੇ ਚੌਥੀ ਫਿਲਮ ਸਾਡੇ ਪ੍ਰਸਿੱਧ ਗਾਇਕ ਅਤੇ ਸਿਆਸਤਦਾਨ ਹੰਸ ਰਾਜ ਹੰਸ ਦੇ ਕਾਕੇ ਯੁਵਰਾਜ ਹੰਸ ਦੀ ਸੀ।
ਉਹ ਵੀ ਕਾਫੀ ਲੰਬੇ ਗੈਪ ਪਿੱਛੋਂ ਸਿਨੇਮੇ ਦੇ ਪਰਦੇ ਤੇ ਆਇਆ ਸੀ ਤੇ ਆਉਂਦਿਆਂ ਹੀ ਧੁੰਦ ਵਿੱਚ ਗਾਇਬ ਹੋ ਗਿਆ। ਇੱਕ ਤਾਂ ਇਹ ਫਿਲਮਾਂ ਮਾੜੀਆਂ ਸਨ ਤੇ ਦੂਜਾ ਉੱਤੋਂ ਠੰਡ ਦਾ ਵੀ ਕਹਿਰ ਸੀ ਤੇ ਪ੍ਰੋਡਿਊਸਰਾਂ ਦਾ ਕੀ ਬਣਿਆ ਉਹ ਰੱਬ ਹੀ ਜਾਣਦਾ ਆ। ਦੋਸਤੋ, ਪਹਿਲੇ ਅੱਧ ਵਿੱਚ ਬਾਲੀਵੁੱਡ ਦੀ ਤਾਂ ਕੇਵਲ ਇੱਕੋ ਹੀ ਫਿਲਮ ਰਿਲੀਜ਼ ਹੋਈ ਸੀ, ਉਹ ਫਿਲਮ ਕੈਟਰੀਨਾ ਕੈਫ ਦੀ ਸੀ। ਹੀਰੋ ਨਾਲ ਸਾਊਥ ਇੰਡੀਅਨ ਸੀ। ਫਿਲਮ ਦਾ ਟਾਈਟਲ ਸੀ ਮੈਰੀ ਕ੍ਰਿਸਮਸ, ਔਰ ਕ੍ਰਿਸਮਸ ਦੀ ਫਿਲਮ ਕ੍ਰਿਸਮਸ ਵੀਕ ਤੋਂ 2 ਹਫ਼ਤੇ ਬਾਅਦ ਵਿੱਚ ਰਿਲੀਜ਼ ਹੁੰਦੀ ਆ, ਕਿਉਂਕਿ ਉਦੋਂ ਸਿਨੇਮਿਆਂ ਉੱਤੇ ਡੰਕੀ ਅਤੇ ਸਲਾਰ ਨੇ ਕਬਜ਼ਾ ਕਰ ਲਿਆ ਸੀ। ਅਤੇ ਇਹ ਫਿਲਮ ਵੀ ਬੁਰੀ ਤਰ੍ਹਾਂ ਸਿਨੇਮਾ ਖਿੜਕੀ 'ਤੇ ਮੁੱਦੇ ਮੂੰਹ ਡਿੱਗੀ ਹੈ। ਪਹਿਲੇ 3 ਦਿਨਾਂ ਵਿੱਚ ਫਿਲਮ ਨੇ ਕੁੱਲ ਮਿਲਾ ਕੇ 10.25 ਕਰੋੜ ਦੀ ਕਮਾਈ ਕੀਤੀ ਹੈ ਅਤੇ ਇਸ ਉੱਤੇ ਵੀ ਫਲੋਪ ਦਾ ਲੇਬਲ ਲੱਗ ਗਿਆ ਹੈ। ਉੱਧਰ ਐਨੀਮਲ ਨੇ ਨਵੇਂ ਸਾਲ 'ਚ ਐਂਟਰ ਹੁੰਦਿਆਂ ਹੀ 900 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ ਹੁਣ ਤੱਕ 912 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਬਲੋਕਬਸਟਰ ਹੈ। ਦੋਸਤੋ, ਇਹ ਤਾਂ ਸੀ ਸਿਨੇਮੇ ਦਾ ਹਾਲ ਚਾਲ ਅਤੇ ਹੁਣ ਮੈਂ ਜ਼ਿਕਰ ਕਰਾਂਗਾ ਪਿਛਲੇ ਸਾਲ ਦੀਆਂ ਪੰਜਾਬੀ ਫਿਲਮਾਂ ਦਾ ਜਿਹੜੀਆਂ ਬਹੁਤ ਵਧੀਆ ਸਨ, ਆਮ ਲਕੀਰ ਤੋਂ ਹਟਵੀਆਂ ਸਨ। ਇਹਨਾਂ ਵਿੱਚ ਅਸ਼ਲੀਲਤਾ ਵੀ ਨਹੀਂ ਸੀ ਅਤੇ ਸਾਫ਼ ਸੁਥਰੀਆਂ ਫਿਲਮਾਂ ਸੀ ਅਤੇ ਇਹੋ ਜਿਹੀਆਂ ਫਿਲਮਾਂ ਬਣਾਉਣ ਦੇ ਫਿਲਮਕਾਰਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ। ਦੋਸਤੋ, ਇਸ ਵਿਸ਼ਲੇਸ਼ਣ ਵਿੱਚ ਮੈਂ ਆਪਣੇ ਤੋਂ ਇਲਾਵਾ ਪੰਜਾਬੀ ਦੇ 2 ਹੋਰ ਸਮੀਖਿਆਕਾਰਾਂ ਕੁਲਦੀਪ ਸਿੰਘ ਬੇਦੀ ਅਤੇ ਦਲਜੀਤ ਸਿੰਘ ਅਰੋੜਾ ਨਾਲ ਵੀ ਗੱਲ ਕੀਤੀ ਆ। ਇਹਨਾਂ ਫਿਲਮਾਂ ਵਿੱਚ ਜਿਹੜੀਆਂ ਫਿਲਮਾਂ ਦੇ ਨਾਮ ਅਸੀਂ ਸ਼ਾਮਲ ਕੀਤੇ ਹਨ ਉਹ ਹਨ ਮਸਤਾਨੇ, ਮੌੜ, ਕਲੀ ਜੋਟਾ, ਤੂੰ ਹੋਵੇਂ ਮੈਂ ਹੋਵਾਂ, ਗੋਡੇ ਗੋਡੇ ਚਾਹ ਅਤੇ ਮੈਡਲ। ਇਹਨਾਂ ਵਿੱਚੋਂ ਮਸਤਾਨੇ ਅਤੇ ਮੌੜ ਇਹ ਪੀਰੀਅਡ ਫਿਲਮਾਂ ਸਨ। ਮਸਤਾਨੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚੋਂ ਇੱਕ ਪੀਰੀਅਡ ਨੂੰ ਲੈ ਕੇ ਬਣਾਈ ਗਈ ਫਿਲਮ ਸੀ। ਸ਼ਰਨ ਆਰਟ ਫਿਲਮ ਦੇ ਡਾਇਰੈਕਟਰ ਸਨ। ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬਿੰਨੀ ਵਗੈਰਾ ਦੀ ਕਮਾਲ ਦੀ ਅਦਾਕਾਰੀ ਸੀ। ਨਾਲ ਹੀ ਬਾਲੀਵੁੱਡ ਦੇ ਐਕਟਰ ਰਾਹੁਲ ਦੇਵ ਤੇ ਅਵਤਾਰ ਗਿੱਲ ਵਗੈਰਾ ਵੀ ਸਨ। ਫਿਲਮ ਸਰਾਹੀ ਵੀ ਬਹੁਤ ਗਈ ਤੇ ਫਿਲਮ ਨੇ ਕਮਾਈ ਵੀ ਬਹੁਤ ਕੀਤੀ। ਇਸ ਦੇ ਨਾਲ ਹੀ ਜਤਿੰਦਰ ਮੌਹਰ ਦੀ ਡਾਇਰੈਕਟ ਕੀਤੀ ਫਿਲਮ ਮੌੜ ਵੀ ਇੱਕ ਕਮਾਲ ਦੀ ਫਿਲਮ ਸੀ। ਫਿਲਮ ਦੀ ਫੋਟੋਗ੍ਰਾਫੀ, ਫਿਲਮ ਦਾ ਸਕ੍ਰਿਪਟ, ਫਿਲਮ ਦਾ ਪਹਿਰਾਵਾ, ਫਿਲਮ ਦੇ ਸੈੱਟ, ਇਹ ਸਾਰੇ ਸਾਨੂੰ ਜਿਉਣਾ ਮੌੜ ਦੇ ਯੁੱਗ ਵਿੱਚ ਲੈ ਜਾਂਦੇ ਹਨ। ਇਸ ਫਿਲਮ ਦਾ ਹੀਰੋ ਐਮੀ ਵਿਰਕ ਸੀ, ਨਾਲ ਬਰਾਬਰ ਦਾ ਰੋਲ ਹੀ ਦੇਵ ਖਰੋੜ ਦਾ ਸੀ। ਫਿਲਮ ਨੂੰ ਦਰਸ਼ਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ, ਪਰ ਫਿਰ ਵੀ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਇੱਕ ਵਧੀਆ ਹਸਤਾਖਰ ਵਜੋਂ ਗਿਣੀ ਜਾਏਗੀ। ਨੀਰੂ ਬਾਜਵਾ ਦੁਆਰਾ ਬਣਾਈ ਗਈ ਫਿਲਮ ਕਲੀ ਜੋਟਾ ਇੱਕ ਨਾਰੀ ਪ੍ਰਧਾਨ ਫਿਲਮ ਸੀ। ਸਤਿੰਦਰ ਸਰਤਾਜ ਇਸ ਫਿਲਮ ਦਾ ਹੀਰੋ ਸੀ ਅਤੇ ਸਤਿੰਦਰ ਸਰਤਾਜ ਦੇ ਗਾਏ ਗੀਤ ਫਿਲਮ ਨੂੰ ਇੰਨਾ ਉੱਪਰ ਚੁੱਕ ਕੇ ਲੈ ਗਏ ਕਿ ਫਿਲਮ ਇੱਕ ਜ਼ਬਰਦਸਤ ਹਿੱਟ ਫਿਲਮ ਬਣ ਗਈ। ਸਤਿੰਦਰ ਸਰਤਾਜ ਹਾਲਾਂਕਿ ਐਕਟਰ ਬਹੁਤ ਵਧੀਆ ਨਹੀਂ ਲੱਗਿਆ ਸੀ, ਪਰ ਉਸਦੀ ਆਵਾਜ਼, ਉਸਦੇ ਗੀਤ ਅਤੇ ਉਹਨਾਂ ਦਾ ਫਿਲਮਾਂਕਣ, ਫਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਨੇ ਇਸ ਫਿਲਮ ਨੂੰ ਵੀ ਦਰਸ਼ਕਾਂ ਦੀ ਮਨਪਸੰਦ ਫਿਲਮ ਬਣਾ ਦਿੱਤਾ ਅਤੇ ਇਸ ਫਿਲਮ ਨੂੰ ਵੀ ਅਸੀਂ ਵਧੀਆ ਸ਼੍ਰੇਣੀ ਵਿੱਚ ਲਿਆਉਂਦੇ ਹਾਂ। ਇਸ ਦੇ ਨਾਲ ਹੀ ਵਿਜੇ ਕੁਮਾਰ ਅਰੋੜਾ ਦੀ ਦੂਜੀ ਫਿਲਮ ਗੋਡੇ ਗੋਡੇ ਚਾਹ, ਉਹ ਵੀ ਨਾਰੀ ਪ੍ਰਧਾਨ ਫਿਲਮ ਸੀ। ਉਹਦੇ ਵਿੱਚ ਕਾਮੇਡੀ ਦਾ ਟਵਿਸਟ ਵੀ ਸੀ, ਮਨੋਰੰਜਨ ਭਰਪੂਰ ਮਸਾਲਾ ਵੀ ਸੀ ਅਤੇ ਫਿਲਮ ਬਣੀ ਵੀ ਬਹੁਤ ਵਧੀਆ ਸੀ। ਗੁੱਡੀਆਂ ਪਟੋਲੇ ਤੋਂ ਬਾਅਦ ਸੋਨਮ ਬਾਜਵਾ ਅਤੇ ਤਾਨੀਆਂ ਇੱਕ ਵਾਰ ਫਿਰ ਇਸ ਫਿਲਮ ਵਿੱਚ ਭੈਣਾਂ ਬਣ ਕੇ ਆਈਆਂ ਅਤੇ ਦੋਹਾਂ ਭੈਣਾਂ ਨੇ ਸਿਨੇਮਾ ਖਿੜਕੀ 'ਤੇ ਵੀ ਧਮਾਲ ਮਚਾ ਦਿੱਤੀ ਅਤੇ ਕੰਮ ਵੀ ਬਹੁਤ ਵਧੀਆ ਕੀਤਾ।
ਕੁੱਲ ਮਿਲਾ ਕੇ ਇਹ ਵੀ ਇੱਕ ਵਧੀਆ ਫਿਲਮ ਸੀ ਜੋ ਦਰਸ਼ਕਾਂ ਨੇ ਪਸੰਦ ਵੀ ਕੀਤੀ। ਤੇ ਦੋਸਤੋ, ਪਿਛਲੇ ਸਾਲ ਇੰਗਲੈਂਡ ਦੀ ਸਬਸਿਡੀ ਲਈ ਬਣਾਈਆਂ ਗਈਆਂ ਫਿਲਮਾਂ ਚੋਂ ਇੱਕ ਅੱਧ ਫਿਲਮ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਦਰਸ਼ਕਾਂ ਨੇ ਵੀ ਪਸੰਦ ਨਹੀਂ ਕੀਤੀਆਂ ਤੇ ਕੋਈ ਵਧੀਆ ਵੀ ਨਹੀਂ ਸਨ। ਬਸ ਉਹ ਵਿਆਹ ਦੀ ਕਾਮੇਡੀ ਨੂੰ ਲੈ ਕੇ ਬਣਾਈਆਂ ਗਈਆਂ ਸਨ। ਤੇ ਇਹਨਾਂ ਵਿੱਚ ਇੱਕ ਫਿਲਮ ਆਈ ਸੀ ਤੂੰ ਹੋਵੇਂ ਮੈਂ ਹੋਵਾਂ, ਬਹੁਤ ਵਧੀਆ ਫਿਲਮ ਸੀ। ਫਿਲਮ ਤੁਹਾਨੂੰ ਬੰਨੀ ਰੱਖਦੀ ਆ। ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਐਕਟਿੰਗ ਕਮਾਲ ਦੀ ਸੀ। ਇਹ ਸਾਡੇ ਨੌਜਵਾਨ ਡਾਇਰੈਕਟਰ ਵਕੀਲ ਸਿੰਘ ਦੀ ਡੈਬਿਊ ਫਿਲਮ ਸੀ। ਫਿਲਮ ਨਹੀਂ ਚੱਲੀ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਇੱਕ ਤਾਂ ਫਿਲਮ ਕਲੀ ਜੋਟਾ ਦੇ ਇੱਕ ਹਫ਼ਤਾ ਬਾਅਦ ਹੀ ਲਗਾ ਦਿੱਤੀ ਗਈ ਅਤੇ ਦੂਜਾ ਮੈਨੂੰ ਲੱਗਦਾ ਹੈ ਕਿ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਹੋਈ। ਲੇਕਿਨ ਫਿਲਮ ਦਾ ਸਕ੍ਰਿਪਟ, ਕਲਾਕਾਰਾਂ ਦੀ ਐਕਟਿੰਗ ਅਤੇ ਫਿਲਮ ਦੀ ਡਾਇਰੈਕਸ਼ਨ ਬਾਕਮਾਲ ਸੀ। ਨਵੇਂ ਡਾਇਰੈਕਟਰ ਵਕੀਲ ਸਿੰਘ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਵਧਾਈ ਦੇਣੀ ਚਾਹਾਂਗੇ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਫਿਲਮ ਬਣਾਈ। ਨਹੀਂ ਚੱਲੀ ਤਾਂ ਕੋਈ ਗੱਲ ਨਹੀਂ, ਉਹ ਇੱਕ ਟੈਲੈਂਟਡ ਡਾਇਰੈਕਟਰ ਹਨ। ਅਤੇ ਦੋਸਤੋ, ਇੱਕ ਫਿਲਮ ਆਈ ਸੀ ਮੈਡਲ। ਮੈਡਲ ਦਾ ਹੀਰੋ ਜੈ ਰੰਧਾਵਾ ਸੀ ਅਤੇ ਡਾਇਰੈਕਟਰ ਮਨੀਸ਼ ਭੱਟ ਸੀ। ਇਸ ਜੋੜੀ ਨੇ ਪਹਿਲਾਂ ਵੀ ਇੱਕ ਦੋ ਫਿਲਮਾਂ ਬਣਾਈਆਂ। ਐਕਚੁਅਲੀ ਜੈ ਰੰਧਾਵਾ ਐਕਸ਼ਨ ਹੀਰੋ ਲੱਗਦਾ ਆ, ਉਸ ਦੀਆਂ ਪਹਿਲੀਆਂ ਫਿਲਮਾਂ ਤਾਂ ਅਸਫਲ ਰਹੀਆਂ, ਪਰ ਮੈਡਲ ਵਿੱਚ ਉਸਨੇ ਸਪੋਰਟਸ ਦਾ ਵਿਸ਼ਾ ਚੁਣਿਆ ਔਰ ਸਪੋਰਟਸ ਦੇ ਵਿਸ਼ੇ ਨੂੰ ਲੈ ਕੇ ਹੀ ਇਹ ਇੱਕ ਥ੍ਰਿਲਰ ਬਣ ਗਈ, ਇੱਕ ਐਕਸ਼ਨ ਫਿਲਮ ਬਣ ਗਈ ਅਤੇ ਦਰਸ਼ਕਾਂ ਨੇ ਵੀ ਬਹੁਤ ਪਸੰਦ ਕੀਤੀ ਅਤੇ ਸਮੀਖਿਆਕਾਰਾਂ ਨੂੰ ਵੀ ਬਹੁਤ ਵਧੀਆ ਲੱਗੀ। ਭਾਵ ਫਿਲਮ ਦਾ ਸਕ੍ਰਿਪਟ ਅਤੇ ਫਿਲਮ ਦੀ ਡਾਇਰੈਕਸ਼ਨ ਬਹੁਤ ਵਧੀਆ ਸੀ। ਅਤੇ ਦੋਸਤੋ, ਇੱਕ ਦੋ ਫਿਲਮਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਆਪਾਂ ਨਾ ਘਟੀਆ ਕਹਿ ਸਕਦੇ ਨਾ ਬਹੁਤ ਵਧੀਆ ਕਹਿ ਸਕਦੇ ਹਾਂ। ਉਹਨਾਂ ਫਿਲਮਾਂ ਵਿੱਚ ਨੀਰੂ ਬਾਜਵਾ ਦੀ ਫਿਲਮ ਇਸ ਜਹਾਨੋਂ ਦੂਰ ਕਿਤੇ ਚੱਲ ਜਾਂਦੀ ਹੈ, ਉਹ ਵੀ ਸ਼ਾਮਿਲ ਹੈ। ਇਸ ਫਿਲਮ ਦਾ ਵਿਸ਼ਾ ਵਧੀਆ ਸੀ ਪਰ ਵਿਸ਼ੇ ਨੂੰ ਖਿਲਾਰ ਬਹੁਤ ਲਿਆ ਗਿਆ ਅਤੇ ਅਖੀਰ 'ਤੇ ਉਹਨੂੰ ਸਾਂਭਣ ਸੰਭਾਲਣ ਲਈ ਡਾਇਰੈਕਟਰ ਨੂੰ ਸ਼ਾਇਦ ਕਾਫੀ ਔਖਾ ਹੋਣਾ ਪਿਆ। ਇਸੇ ਤਰ੍ਹਾਂ ਦਿਲਜੀਤ ਦੋਸਾਂਝ ਦੀ ਫਿਲਮ ਜੋੜੀ ਆਈ ਸੀ, ਸਵਰਗੀ ਚਮਕੀਲੇ ਅਤੇ ਅਮਰਜੋਤ ਦੀ ਜੋੜੀ 'ਤੇ ਆਧਾਰਿਤ ਸੀ। ਹਾਲਾਂਕਿ ਫਿਲਮ ਦਾ ਲੇਖਕ ਅਤੇ ਡਾਇਰੈਕਟਰ ਅੰਬਰਦੀਪ ਸਿੰਘ ਇਹ ਕਹਿੰਦਾ ਰਿਹਾ ਕਿ ਇਸ ਫਿਲਮ ਦਾ ਉਹਨਾਂ ਦੀ ਜੀਵਨੀ ਨਾਲ ਕੋਈ ਸੰਬੰਧ ਨਹੀਂ, ਪਰ ਇਹ ਫਿਲਮ ਸੀ ਡੀਟੋ ਕਾਪੀ। ਹਾਲਾਂਕਿ ਅੰਬਰਦੀਪ ਦੀ ਡਾਇਰੈਕਸ਼ਨ ਬਹੁਤ ਵਧੀਆ ਸੀ, ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਐਕਟਿੰਗ ਵਧੀਆ ਸੀ, ਫਿਲਮ ਚੱਲੀ ਵੀ ਕਾਫੀ। ਪਰ ਇੱਕੋ ਹੀ ਗੱਲ ਸੀ ਵੀ ਫਿਲਮ ਇੱਦਾਂ ਲੱਗਦਾ ਸੀ ਵੀ ਜਿਵੇਂ ਇਹਦਾ ਸਕ੍ਰਿਪਟ ਜਿਹੜਾ ਆ ਉਹ ਚਮਕੀਲੇ ਅਤੇ ਅਮਰਜੋਤ ਦੀ ਪੈਰੋਡੀ ਜਿਹੀ ਹੈ। ਮਿਲਦੇ ਜੁਲਦੇ ਨਾਂ ਰੱਖ ਲੈ ਗਏ ਔਰ ਮਿਲਦੀਆਂ ਜੁਲਦੀਆਂ ਘਟਨਾਵਾਂ ਔਰ ਉਹਨਾਂ ਦੀ ਕਹਾਣੀ ਨਾਲ ਮਿਲਦੀ ਜੁਲਦੀ ਹੀ ਕਹਾਣੀ ਸੀ ਅਤੇ ਇਸ ਫਿਲਮ ਨੂੰ ਵੀ ਅਸੀਂ ਸਧਾਰਨ ਫਿਲਮ ਹੀ ਲਵਾਂਗੇ। ਇਸੇ ਤਰ੍ਹਾਂ ਇੱਕ ਫਿਲਮ ਚਿੜੀਆਂ ਦਾ ਚੰਬਾ ਆਈ ਸੀ, ਨਵਾਂ ਵਿਸ਼ਾ ਸੀ, ਫਿਲਮ ਚੱਲ ਵੀ ਨਹੀਂ ਸਕੀ ਅਤੇ ਫਿਲਮ ਵਿੱਚ ਸਕ੍ਰਿਪਟ ਦੀਆਂ ਕੁਛ ਊਨਤਾਈਆਂ ਵੀ ਸਨ। ਉਸ ਫਿਲਮ ਨੂੰ ਵੀ ਅਸੀਂ ਕੋਈ ਘਟੀਆ ਫਿਲਮ ਨਹੀਂ ਆਖਾਂਗੇ। ਅਤੇ ਦੋਸਤੋ, ਇਹਨਾਂ ਫਿਲਮਾਂ ਦੇ ਸਾਰੇ ਡਾਇਰੈਕਟਰਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਅਤੇ ਉਮੀਦ ਰੱਖਦੇ ਹਾਂ ਕਿ ਅੱਗੋਂ ਵੀ ਇਹ ਵਧੀਆ ਵਿਸ਼ੇ ਲੈ ਕੇ ਵਧੀਆ ਫਿਲਮਾਂ ਬਣਾਉਣਗੇ। ਦੋਸਤੋ, ਹੁਣ ਆਪਾਂ ਥੋੜ੍ਹੀ ਜਿਹੀ ਗੱਲ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਦੀ ਕਰ ਲੈਂਦੇ। 19 ਜਨਵਰੀ ਨੂੰ ਫਿਲਮ ਡਰਾਮੇ ਵਾਲੇ ਰਿਲੀਜ਼ ਹੋਣ ਜਾ ਰਹੀ ਆ। ਡਰਾਮੇ ਵਾਲੇ ਦਾ ਟ੍ਰੇਲਰ ਮੈਂ ਵੇਖਿਆ ਆ, ਕਹਾਣੀ ਤਾਂ ਵਿਦੇਸ਼ ਦੀ ਲੱਗਦੀ ਆ, ਸ਼ਾਇਦ ਇੰਗਲੈਂਡ ਦੀ ਆ। ਇਹਦੇ ਵਿੱਚ 1947 ਵਾਲੇ ਬਟਵਾਰੇ ਦਾ ਦਰਦ ਵੀ ਜੋੜਿਆ ਗਿਆ ਆ। ਫਿਲਮ ਕਾਮੇਡੀ ਵੀ ਲੱਗਦੀ ਹੈ। ਫਿਲਮ ਵਿੱਚ ਹਰੀਸ਼ ਵਰਮਾ ਅਤੇ ਸ਼ਰਨ ਕੌਰ ਦੀ ਮੁੱਖ ਜੋੜੀ ਆ। ਇਹਨਾਂ ਦੋਹਾਂ ਨੂੰ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਵੇਖ ਚੁੱਕੇ ਹੋ ਅਤੇ ਨਾਲ ਹੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਮਿਲਵਾਂ ਜੁਲਵਾਂ ਮਿਸ਼ਰਨ ਵੀ ਹੈ ਇਸ ਫਿਲਮ ਵਿੱਚ। ਫਿਲਮ ਵਿੱਚ ਸੁਖਵਿੰਦਰ ਚਾਹਲ ਹੈ, ਰੂਬੀ ਇਨਾਮ ਅਤੇ ਕੈਸਰ ਪੀਆ ਹਨ। ਇਹ ਪਾਕਿਸਤਾਨੀ ਕਲਾਕਾਰ ਹਨ ਜਿਨ੍ਹਾਂ ਨੂੰ ਤੁਸੀਂ ਚੱਲ ਮੇਰਾ ਪੁੱਤ 2 ਵਿੱਚ ਵੇਖ ਚੁੱਕੇ ਹੋ। ਹਨੀ ਅਲਬੇਲਾ,
ਮਲਿਕ ਆਸਿਫ ਇਕਬਾਲ ਅਤੇ ਸਰਦਾਰ ਕਮਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਪ੍ਰੋਡਿਊਸਰ ਜਸਕਰਨ ਸਿੰਘ ਹਨ ਅਤੇ ਨਾਲ ਹੀ ਕੋ ਪ੍ਰੋਡਿਊਸਰ ਚਾਰ ਹਨ, ਰਾਜੀਵ ਕੁਮਾਰ, ਵਿਕਾਸ ਧਵਨ, ਰਜਿੰਦਰ ਕੌਰ ਅਤੇ ਅਜਹਰ ਭੱਟ। ਇਸ ਫਿਲਮ ਨੂੰ ਦੋ ਜਣਿਆਂ ਨੇ ਡਾਇਰੈਕਟ ਕੀਤਾ ਆ ਅਤੇ ਫਿਲਮ ਦੇ ਡਾਇਰੈਕਟਰਾਂ ਦੇ ਨਾਮ ਹਨ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ। ਚੰਦਰ ਕੰਬੋਜ ਨੇ ਫਿਲਮ ਦੀ ਕਹਾਣੀ ਵੀ ਲਿਖੀ ਹੈ। ਅਸੀਂ ਫਿਲਮ ਦਾ ਸਵਾਗਤ ਕਰਦੇ ਹਾਂ ਪਰ ਰਿਵਿਊ ਫਿਲਮ ਵੇਖਣ ਤੋਂ ਬਾਅਦ। ਅਤੇ ਦੋਸਤੋ, ਜਾਂਦੇ ਜਾਂਦੇ ਮੈਂ ਇਹੀ ਕਹਾਂਗਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ।